ਦਿਨਾਂ ਤੋਂ ਰਣਜੀਤ ਐਵਨਿਊ ਇਲਾਕੇ ਵਿੱਚ ਪੁਲਿਸ ਵੱਲੋਂ ਰੈਸਟੋਰੈਂਟਾਂ ਵਿੱਚ ਨਜਾਇਜ਼ ਚੱਲ ਰਹੇ ਹੁੱਕੇਬਾਰਾਂ ਦੇ ਉੱਪਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਇਸ ਦੇ ਚਲਦੇ ਪੁਲਿਸ ਵੱਲੋਂ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਦੇ ਹੂਪਰਸ ਰੈਸਟੋਰੈਂਟ ਵਿੱਚ ਰੇਡ ਕੀਤੀ ਗਈ। ਪੁਲਿਸ ਨੇ ਦੇਖਿਆ ਕਿ ਉੱਥੇ ਘੱਟ ਉਮਰ ਦੇ ਬੱਚੇ ਬੈਠ ਕੇ ਸ਼ਰਾਬ ਦਾ ਸੇਵਨ ਕਰ ਰਹੇ ਸਨ ਅਤੇ ਘੱਟ ਉਮਰ ਦੇ ਕੰਮ ਕਰਨ ਵਾਲੇ ਰੱਖੇ ਹੋਏ ਹਨ। ਪੁਲਿਸ ਨੇ ਕਾਰਵਾਈ ਕਰਦੇ ਹੋਏ ਰੈਸਟੋਰੈਂਟ ਦੇ ਮੈਨੇਜਰ ਅਤੇ ਮਾਲਕ ਖਿਲਾਫ ਮੁਕਦਮਾ ਦਰਜ ਕਰ ਦਿੱਤਾ ਹੈ। ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ, ਲਾਈਵ ਭਾਰਤ। ਜਿਹੜੀ ਅਸੀਂ ਪ੍ਰੈਸ ਕਾਨਫਰੰਸ ਰੱਖੀ ਹੈ ਇਹਦੇ ਵਿੱਚ ਅਸੀਂ ਪੰਜਾਬ ਪੁਲਿਸ ਵੱਲੋਂ ਜਿਹੜੀ ਇੱਕ ਬਹੁਤ ਵੱਡੀ ਮੁਹਿੰਮ ਛੇੜੀ ਗਈ ਸੀਗੀ ਕਿ ਛੋਟੇ ਬੱਚਿਆਂ ਨੂੰ ਜਿਹੜੇ ਕਈ ਵਾਰ ਰਣਜੀਤ ਐਵਨਿਊ ਦੇ ਵਿੱਚ ਸੀਗੇ ਜਿਹਨਾਂ ਕੋਲ ਲਾਇਸੈਂਸ ਨਹੀਂ ਸੀਗਾ ਉਹ ਬੱਚਿਆਂ ਨੂੰ ਸ਼ਰਾਬ ਪਰੋਸ ਰਹੇ ਸੀਗੇ ਜੋ ਕਿ ਬਹੁਤ ਗਲਤ ਗੱਲ ਹੈ। ਬੱਚਿਆਂ ਦਾ ਫਿਊਚਰ ਖਰਾਬ ਹੁੰਦਾ ਇਸ ਚੀਜ਼ ਦੇ ਨਾਲ ਔਰ ਇਸ ਚੀਜ਼ ਦੇ ਨਾਲ ਜਿਹੜੀਆਂ ਲਾਅ ਐਂਡ ਆਰਡਰ ਦੀਆਂ ਸਮੱਸਿਆ ਆਉਂਦੀਆਂ ਕਿਉਂਕਿ ਜਦੋਂ ਵੀ ਕਿਸੇ ਬੱਚੇ ਨੂੰ ਆਪਾਂ ਜਿਹੜਾ ਹੈਗਾ ਜੁਵਨਾਈਲ ਹੈਗਾ ਉਹਨੂੰ ਅਸੀਂ ਸ਼ਰਾਬ ਕਿਸੇ ਵੀ ਬਾਰ ਦੇ ਵਿੱਚ ਪਰੋਸਿਆ ਜਾਂਦਾ ਤਾਂ ਉਹਦੇ ਨਾਲ ਜਿਹੜਾ ਹੈਗਾ ਇੱਕ ਸੋਸ਼ਲ ਜਿਹੜਾ ਸਾਡਾ ਫੈਬਰਿਕ ਹੈਗਾ ਉਹ ਵੀ ਖਰਾਬ ਹੁੰਦਾ ਦੇ ਨਾਲ ਲਾਅ ਐਂਡ ਆਰਡਰ ਦੀ ਪ੍ਰੋਬਲਮ ਵੀ ਆਉਂਦੀ ਹੈ। ਇਸੇ ਕੜੀ ਦੇ ਤਹਿਤ ਅਸੀਂ ਜਿਹੜਾ ਹੈਗਾ ਕੱਲ੍ਹ ਰੇਡ ਕੀਤਾ ਸੀਗਾ ਆਪਣੇ ਜਿਹੜਾ ਹੈਗਾ ਰਣਜੀਤ ਐਵਨਿਊ ਹੋਪਰ ਜਿਹੜਾ ਹੈਗਾ ਬਾਰ ਐਸੋਸੀਏਸ਼ਨ ਬਾਰ ਹੈਗਾ ਉਹਦੇ ਵਿੱਚ ਅਸੀਂ ਰੇਡ ਕੀਤਾ ਸੀ ਅਤੇ ਉੱਥੇ ਅਸੀਂ ਜਿਹੜੇ ਹੈਗੇ ਆ ਪੰਜ ਬੰਦੇ ਜਿਹੜੇ ਸੀਗੇ ਜਿਹੜੇ ਹੈਗੇ ਆ 25 ਸਾਲ ਤੋਂ ਘੱਟ ਜਿਹੜੇ ਸ਼ਰਾਬ ਵਾਲੇ ਹੈਗੇ ਆ ਉਹ ਬੰਦੇ ਅਰੈਸਟ ਕੀਤੇ ਔਰ ਉਹਨਾਂ ਦੇ ਵਿੱਚੋਂ ਇੱਕ ਬੰਦਾ 17 ਸਾਲਾਂ ਦਾ ਸੀਗਾ ਜਿਹੜਾ ਨੂੰ ਇਹ ਸ਼ਰਾਬ ਪਰੋਸੀ ਜਾ ਰਹੀ ਸੀਗੀ। ਸੋ ਇਹ ਤਾਂ ਇੱਕ ਤਾਂ ਬਹੁਤ ਵੱਡਾ ਓਫੈਂਸ ਹੈਗਾ ਕਿ ਜੁਵਨਾਈਲ ਜਿਹੜਾ ਹੈਗਾ 17 ਸੈਕਸ਼ਨ ਦੇ ਤਹਿਤ ਜਿਹੜਾ ਹੈਗਾ ਕਿਸੇ ਵੀ ਬੱਚੇ ਨੂੰ ਇਨਟੋਕਸੀਕੈਂਟ ਚੀਜ਼ ਜਿਹੜੀ ਹੈਗੀ ਆ ਤੁਸੀਂ ਨਹੀਂ ਜਿਹੜੀ ਹੈਗੀ ਦੇ ਸਕਦੇ ਹੋ। ਸੋ ਇੱਕ ਤਾਂ ਇਹ ਵਾਇਲੇਸ਼ਨ ਹੈਗੀ ਆ। ਸੈਕਿੰਡਲੀ ਸੈਕਸ਼ਨ ਜਿਹੜਾ ਹੈਗਾ ਆਪਣਾ 29 ਹੈਗਾ ਉਹ ਕਹਿੰਦਾ ਵੀ ਕਿਸੇ ਵੀ 25 ਸਾਲ ਤੋਂ ਘੱਟ ਬੰਦੇ ਨੂੰ ਜਿਹੜੀ ਹੈਗੀ ਸ਼ਰਾਬ ਜਿਹੜੀ ਹੈਗੀ ਕਿਸੇ ਵੀ ਬਾਰ ਦੇ ਉੱਪਰ ਪਾਈ ਨਹੀਂ ਜਾਏਗੀ। ਸੈਕਸ਼ਨ 30 ਅੱਗੇ ਸੈਕਸ਼ਨ ਜਿਹੜਾ ਹੈਗਾ ਐਲੈਬੋਰੇਟ ਕਰਦਾ ਆ ਐਕਸਾਈਜ਼ ਐਕਟ ਦਾ ਕਿ ਕੋਈ ਵੀ ਬੰਦਾ ਜਿਹੜਾ 25 ਸਾਲ ਤੋਂ ਘੱਟ ਹੈਗਾ ਉੱਥੇ ਉਹ ਕੰਮ ਨਹੀਂ ਕਰੇਗਾ ਔਰ ਸਪੈਸੀਫਿਕਲੀ ਨੋ ਲੇਡੀ ਬਾਰ ਦੇ ਵਿੱਚ ਜਿਹੜੀ ਆ ਸ਼ਰਾਬ ਸਰਵ ਕਰੇਗੀ। ਐਕਸਾਈਜ਼ ਐਕਟ ਦੇ ਵਿੱਚ ਕਲੀਅਰ ਇੰਸਟਰਕਸ਼ਨਸ ਹੈਗੀਆਂ ਔਰ ਇਸ ਬਾਰ ਦੇ ਵਿੱਚ ਜਿਹੜੀਆਂ ਹੈਗੀਆਂ ਅਤੇ ਉੱਥੇ ਜਿਹੜੀਆਂ ਇੰਪਲਾਈਜ਼ ਸੀਗੀਆਂ ਉਹ ਲੇਡੀ ਵੀ ਸੀਗੀਆਂ ਔਰ ਉਹਨਾਂ ਦੇ ਜਿਹੜੇ ਹੈਗੇ ਆ 25 ਸਾਲ ਦੇ ਘੱਟ ਜਿਹੜੇ 5 ਬੱਚੇ ਸੀਗੇ ਉਹਨਾਂ ਨੂੰ ਵੀ ਔਰ ਇੰਪਲਾਈ ਵੀ ਜਿਹੜੇ ਸੀਗੇ ਔਰ ਇੱਕ ਜਿਹੜਾ 17 ਸਾਲ ਦਾ ਬੱਚਾ ਸੀਗਾ ਉਹਨੂੰ ਵੀ ਸ਼ਰਾਬ ਪਰੋਸੀ ਜਾ ਰਹੀ ਸੀ। ਸੋ ਇਸ ਕਰਕੇ ਇਹਨਾਂ ਦੇ ਉੱਤੇ ਜਿਹੜਾ ਹੈਗਾ ਅਸੀਂ FIR ਨੰਬਰ 114 ਜਿਹੜੀ ਹੈਗੀ ਹੈ 2023 ਦੀ ਜਿਹੜੀ ਹੈਗੀ ਹੈ 62-65 ਐਕਸਾਈਜ਼ ਐਕਟ ਅਤੇ ਨਾਲ ਇਹਦੇ ਨਾਲ 77 ਜੁਵਨਾਈਲ ਐਕਟ ਲਾ ਕੇ ਅਸੀਂ ਕੀਤੀ ਹੈਗੀ। ਇਹਦੇ ਵਿੱਚ ਬੰਦੇ ਅਰੈਸਟ ਜਿਹੜੇ ਹੈਗੇ ਮਾਲਕ ਦੇ ਖਿਲਾਫ਼ ਹੋਈ ਹੈ ਨਾਲ ਇਹਦੇ ਮੈਨੇਜਰ ਦੇ ਖਿਲਾਫ਼ ਹੋਈ ਹੈ। ਇਹਨਾਂ ਨੂੰ ਜਿਹੜੀ ਇਨਵੈਸਟੀਗੇਸ਼ਨ ਜੁਆਇਨ ਕਰਨ ਦੇ ਲਈ ਕਿਹਾ ਗਿਆ ਬਟ ਇਹ ਹਜੇ ਇਨਵੈਸਟੀਗੇਸ਼ਨ ਜੁਆਇਨ ਨਹੀਂ। ਇਹਦੇ ਨਾਲ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਣਾ ਚਾਹੁੰਦਾ ਕਿ ਇਸ ਤੋਂ ਪਹਿਲਾਂ ਇੱਕ ਸਾਡਾ FIR ਦਰਜ ਹੋਈ ਸੀਗੀ 109 ਜਿਹੜੀ ਸੀਗੀ ਹੋਪਰ ਜਿਹੜਾ ਬਾਰ ਸੀਗਾ ਉਸ ਟਾਈਮ ਜਦੋਂ ਇਹ ਬਾਰ ਦੇ ਉੱਤੇ ਹੁੰਦਾ ਆ ਇਹਨਾਂ ਕੋਲ ਲਾਇਸੈਂਸ ਨਹੀਂ ਸੀਗਾ। ਇਹਨਾਂ ਦੇ ਜਿਹੜਾ ਲਾਇਸੈਂਸ ਨਾ ਹੋਣ ਦੇ ਕਰਕੇ ਇਹਨਾਂ ਕੋਲ ਲਾਇਸੈਂਸ ਜਿਹੜਾ ਸੀਗਾ ਉਹ ਸੀਗਾ 31-3 ਤੱਕ ਦਾ ਪਰ ਇਹਨਾਂ ਦੀ ਜਿਹੜੀ ਫੀਸ ਜਿਹੜੀ ਸੀਗੀ ਉਹ 29 ਤਰੀਕ ਨੂੰ ਸਾਡੀ ਰਾਤ ਰੇਡ ਹੁੰਦੀ ਹੈ ਉਸ ਟਾਈਮ ਇਹਨਾਂ ਕੋਲ ਲਾਇਸੈਂਸ ਨਹੀਂ ਸੀਗਾ। 29 ਤਰੀਕ ਨੂੰ ਇਹ ਜਿਹੜੇ 30 ਤਰੀਕ ਨੂੰ ਸਾਡਾ ਜਿਹੜਾ 30 ਤਰੀਕ ਦੀ ਮੋਰਨਿੰਗ 4 ਵਜੇ ਜਿਹੜਾ ਹੈਗਾ ਆ ਇਹ ਪਰਚਾ ਦਰਜ ਹੁੰਦਾ ਔਰ ਇਹਨਾਂ ਵੱਲੋਂ ਜਿਹੜੀ ਫੀਸ ਹੈਗੀ ਆ ਨੈਕਸਟ ਡੇ ਜਿਹੜੀ ਹੈਗੀ ਆ 9:38 'ਤੇ ਕੀਤੀ ਜਾਂਦੀ ਹੈ। ਇਟ ਸੈਲਫ ਇਟ ਇਜ਼ ਪਰੂਵ ਬਾਈ ਦੈਮ ਸੈਲਫ ਓਨਲੀ ਕਿ ਇਹਨਾਂ ਕੋਲ ਲੀਗਲ ਲਾਇਸੈਂਸ ਨਹੀਂ ਸੀਗਾ। ਸੋ ਇਹਨਾਂ ਕੋਲ ਲੀਗਲ ਲਾਇਸੈਂਸ ਨਾ ਹੋਣ ਕਰਕੇ ਇਹਨਾਂ 'ਤੇ ਪਹਿਲਾਂ ਵੀ ਇੱਕ FIR ਦਰਜ ਹੋਈ। FIR ਦਰਜ ਹੋਣ ਤੋਂ ਬਾਅਦ 'ਚ ਇਹਨਾਂ ਨੇ ਕੰਸੀਲਮੈਂਟਸ ਔਫ ਫੈਕਟਸ ਕੀਤੇ ਔਰ ਜਿਹੜਾ ਹੈ ਸੈਕਿੰਡ ਲਾਇਸੈਂਸ ਲੈ ਗਿਆ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਹੋਰ ਓਫੈਂਸ ਆ ਗਿਆ। ਸੈਕਿੰਡਲੀ ਜਿਹੜੇ ਇਹਨਾਂ ਨੂੰ 91 CRPC ਦੇ ਅਸੀਂ 2 ਨੋਟਿਸ ਦੇ ਚੁੱਕੇ ਹੈਗੇ ਹਾਂ ਕਿ ਆ ਕੇ ਆਪਣੀ ਇਨਵੈਸਟੀਗੇਸ਼ਨ ਜੁਆਇਨ ਕਰੋ। ਇਹਨਾਂ ਨੇ ਕੰਸੀਲਮੈਂਟ ਔਫ ਫੈਕਟਸ ਕਰਨ ਦੇ ਲਈ ਜਿਹੜੀ ਹੈ ਟਵਿਸਟ ਕੀਤਾ ਉੱਥੋਂ DVR ਜਿਹੜੀ ਹੈ ਅੱਗੇ ਪਿੱਛੇ ਖੁਦ ਬੁਰਗ ਉਹਦੇ ਲਈ ਵੀ ਅਸੀਂ 201 ਸੈਕਸ਼ਨ IPC ਦਾ ਲਾ ਰਹੇ ਹਾਂ ਜਿਹਨਾਂ ਨੇ ਐਵੀਡੈਂਸ ਟੈਂਪਰ ਕਰਨਾ। ਸੋ ਜਿਸ ਤਰੀਕੇ ਨਾਲ ਇਹਨਾਂ ਨੇ ਆਪਣੀ ਜਿਹੜੀ ਆ ਗਲਤ ਜਿਹੜੀਆਂ ਇਲੀਗਲ ਐਕਟੀਵਿਟੀਜ਼ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਆ ਉਸ ਦੇ ਤਹਿਤ ਇਹਨਾਂ ਨੇ ਅਸੀਂ ਇਹਨਾਂ ਦੇ ਖਿਲਾਫ਼ ਬਹੁਤ ਸਖ਼ਤ ਕਾਰਵਾਈ ਕਰਨ ਜਾ ਰਹੇ ਹਾਂ ਕਿਉਂਕਿ ਇਹ ਬੱਚਿਆਂ ਦੇ ਫਿਊਚਰ ਦੇ ਨਾਲ ਬੱਚਿਆਂ ਦੇ ਜਿਹੜਾ ਹੈਗਾ ਮਾਂ ਪਿਓ ਦੇ ਵੀ ਹੁੰਦਾ ਆ ਕਿ ਛੋਟੇ ਬੱਚਿਆਂ ਨੂੰ ਜਦੋਂ ਸ਼ਰਾਬ ਪਿਆਈ ਜਾਏਗੀ ਉੱਥੇ ਲਾਅ ਐਂਡ ਆਰਡਰ ਦੀ ਪ੍ਰੋਬਲਮ ਆਏਗੀ ਉਹਨਾਂ ਲਈ ਬਰੀ ਆ। ਸੋ ਪੰਜਾਬ ਪੁਲਿਸ ਛੋਟੇ ਬੱਚਿਆਂ ਦੇ ਕ੍ਰਾਈਮ ਨਾ ਹੋਵੇ ਉਹਨਾਂ ਦੇ ਨਾਲ ਲਾਅ ਐਂਡ ਆਰਡਰ ਦੀ ਪ੍ਰੋਬਲਮ ਆ ਇਸ ਨੂੰ ਸਖਤੀ ਨਾਲ ਲੈਂਦੇ ਹੋਇਆ ਇਹ FIR ਨਾਲ ਬਾਹਰ ਹੈ। ਸਰ ਜਿਸ ਤਰ੍ਹਾਂ ਤੁਹਾਡੇ ਵੱਲੋਂ ਦੱਸਿਆ ਜਾ ਰਿਹਾ ਕਿ DVR ਨਾਲ ਵੱਲੋਂ ਕਰ ਦਿੱਤਾ ਗਿਆ ਤਾਂ ਹੋਰ ਵੀ ਬਹੁਤ ਸਾਰੇ ਕੈਮਰੇ ਲੱਗੇ ਹੋਏ ਨੇ ਜੀ ਉੱਥੇ ਉਹ ਵੀ ਚੱਕ ਕੇ ਜਾਣਗੇ ਜਿਹੜੇ ਉਹ ਦੇਖੋ ਦੈਟ ਇਜ਼ ਉਹ ਸਾਰੀ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਹ ਤਾਂ ਅਸੀਂ ਜ਼ਰੂਰ ਕਰਾਂਗੇ ਪਰ ਜੇ ਉਹਨਾਂ ਦੇ ਕੋਲ ਕੋਈ ਐਵੀਡੈਂਸ ਹੈ ਜਾਂ ਕੁਝ ਵੀ ਹੈਗਾ ਤਾਂ ਦੇ ਆਰ ਵੈਲਕਮ ਟੂ ਕਮ। ਅਸੀਂ ਤਾਂ 91 CRPC ਮੈਂ ਇੱਕ ਮਿੰਟ ਮੈਨੂੰ ਲੈਟ ਮੀ ਐਕਸਪਲੇਨ 91 CRPC ਦਾ ਅਸੀਂ ਤਾਂ ਪ੍ਰੋਸੀਜਰ ਫੋਲੋ ਕਰ ਰਹੇ ਹਾਂ
ਉਹ 91 ਸੀਆਰਪੀਸੀ ਦਾ ਨੋਟਿਸ ਆ ਗਿਆ ਇਨਵੈਸਟੀਗੇਸ਼ਨ ਜੁਆਇਨ ਕਰਨ ਤੇ ਆਪਣਾ ਜਿਹੜਾ ਡੀਵੀਆਰ ਹੈਗਾ ਸਾਨੂੰ ਹੈਂਡਓਵਰ ਕਰਨ ਜੇ ਉਹਨਾਂ ਦੇ ਹੱਕ ਦੇ ਵਿੱਚ ਕੋਈ ਹੈਗਾ ਤਾਂ ਪਾਰਟ ਆਫ ਇਨਵੈਸਟੀਗੇਸ਼ਨ ਹੈ ਪਾਰਟ ਆਫ ਇਨਵੈਸਟੀਗੇਸ਼ਨ ਓਪਨ ਹੈਗੀ ਹੈ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਹੋਏਗੀ ਆਈ ਪ੍ਰੋਮਿਸ ਠੀਕ ਹੈ ਪੰਜਾਬ ਪੁਲਿਸ ਹਮੇਸ਼ਾ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਕਰਦੀ ਹੈ ਜਿਹੜੀ ਇਨਵੈਸਟੀਗੇਸ਼ਨ ਫੇਅਰ ਹੋਏਗੀ ਉਹਦੀ ਮੈਂ ਗਰੰਟੀ ਦਿੰਦਾ ਹਾਂ ਬਟ ਆ ਗਿਆ ਐਵੀਡੈਂਸ ਦੇਣ ਜਿਹੜੀ ਹੈਗੀ ਹੈ ਐਲੀਗੇਸ਼ਨਸ ਲਾਉਣ ਨਾਲ ਕੁਛ ਨਹੀਂ ਹੁੰਦਾ ਜੇ ਉਹਨਾਂ ਕੋਲ ਇੰਨੇ ਐਵੀਡੈਂਸ ਹੈਗੇ ਤਾਂ ਡੀ ਵੀ ਆਰ ਪੇਸ਼ ਕਰ ਦੇਣ 91 ਸੀ ਆਰ ਪੀ ਸੀ ਦਾ ਆਲਰੇਡੀ ਅਸੀਂ ਤਾਂ ਨੋਟਿਸ ਦਿੱਤਾ ਹੋਇਆ ਹਾਂਜੀ ਦੱਸੋ ਪਲੈਨਿੰਗ ਦੇ ਤਹਿਤ ਕੰਮ ਕੀਤਾ ਜਾ ਰਿਹਾ ਬੰਦਾ ਦੇਖੋ ਮੈਂ ਤੁਹਾਨੂੰ ਸੈਕਸ਼ਨ ਵਿਖਾ ਸਕਦਾ ਸੈਕਸ਼ਨ ਤਾਂ ਦੇਖੋ ਉੱਥੇ ਸੈਕਸ਼ਨ ਪੜ੍ਹ ਲਓ ਤੁਸੀਂ ਸੈਕਸ਼ਨ ਜਿਹੜਾ ਹੈਗਾ ਤੁਹਾਡਾ 29 ਔਰ 30 ਹੈਗਾ ਜਿਹਦੇ ਵਿੱਚ ਕਲੀਅਰਲੀ ਲਿਖਿਆ ਹੋਇਆ ਆ ਕਿ ਕੋਈ ਵੀ ਲੇਡੀ ਨੂੰ ਤੁਸੀਂ ਇੰਪਲੋਈ ਨਹੀਂ ਇਹ ਤਾਂ ਮੈਂ ਤਾਂ ਨਹੀਂ ਕਹਿ ਰਿਹਾ ਇਹ ਤਾਂ ਕਾਨੂੰਨ ਕਹਿ ਰਿਹਾ ਐਕਸਾਈਜ਼ ਐਕਟ ਉਹਨਾਂ ਦੇ ਉੱਥੇ ਰਜਿਸਟਰ ਵਿੱਚ ਉਹ ਇੰਪਲਾਈਜ਼ ਹੈਗੇ ਨੇ ਕਿੱਦਾਂ ਉਹ ਕਹਿ ਰਹੇ ਆ ਕਿ ਪਲੈਨਿੰਗ ਕੀਤੀ ਗਈ ਹੈ ਤੁਸੀਂ ਮੈਨੂੰ ਦੱਸੋ ਐਕਸਪਲੇਨ ਕਰੋ ਮੈਂ ਤਾਂ ਤੁਹਾਡੇ ਕੋਲ ਸੈਕਸ਼ਨ ਲੈ ਕੇ ਆਇਆ ਸੈਕਸ਼ਨ 29 ਹੈ ਸੈਕਸ਼ਨ 30 ਹੈਗਾ ਜੇ ਕਿਸੇ ਨੇ ਪੜ੍ਹਨਾ ਹੈਗਾ ਪੜ੍ਹ ਸਕਦਾ ਮੇਰੇ ਕੋਲ ਕਾਪੀ ਲੈ ਸਕਦਾ ਤਾਂ ਸਰ ਕਿੰਨੀਆਂ ਕੁੜੀਆਂ ਸੀ ਜੀ ਉੱਥੇ ਜੇ ਇਹ ਪਾਰਟ ਆਫ ਇਨਵੈਸਟੀਗੇਸ਼ਨਸ ਹੈਗੀਆਂ ਸਾਰੀਆਂ ਹੈਗੀਆਂ ਨੇ ਸਾਡੇ ਕੋਲ ਵੀਡੀਓਜ਼ ਹੈਗੀਆਂ ਉਹਨਾਂ ਦਾ ਇੰਪਲਾਈ ਰਜਿਸਟਰ ਹੈਗਾ ਆ ਉਹ ਕਿਸ ਤਰ੍ਹਾਂ ਕਹਿ ਰਹੇ ਨੇ ਦੱਸ ਮੈਂ ਤਾਂ ਆਈ ਫੇਲ ਟੂ ਅੰਡਰਸਟੈਂਡ ਜੇ ਉਹਨਾਂ ਕੋਈ ਆਪਣਾ ਪੱਖ ਪੇਸ਼ ਕਰਨਾ ਹੈਗਾ ਤਾਂ ਲੈ ਕੇ ਆਉਣ ਇਹ ਕਾਨੂੰਨ ਮੈਂ ਨਹੀਂ ਇਹ ਐਕਸਾਈਜ਼ ਐਕਟ ਹੈਗਾ ਐਕਸਾਈਜ਼ ਐਕਟ ਦੇ ਵਿੱਚ ਸੈਕਸ਼ਨ 29 ਤੇ ਸੈਕਸ਼ਨ 30 ਦੇ ਵਿੱਚ ਕਲੀਅਰ ਮੈਂਸ਼ਨਿੰਗ ਹੈਗੀ ਹੈ ਆਪਾਂ ਹੀ ਵੇਖੀਏ ਆਪਣੇ ਛੋਟੇ 17 ਸਾਲ ਤੋਂ ਬੱਚੇ ਨੂੰ ਛੋਟੇ ਨੂੰ ਸ਼ਰਾਬ ਪਿਆਈ ਜਾਏ ਇਲੀਗਲ ਹੈ ਕਿ ਨਹੀਂ ਹੈ ਕੀ ਆਪਾਂ ਸਮਾਜ ਉਸ ਤਰੀਕੇ ਉਸ ਚੀਜ਼ ਦੀ ਰੈਡੀ ਹੈ ਆਪਣਾ ਉਹ ਤਾਂ ਇਲੀਗਲ ਐਕਟੀਵਿਟੀ ਜੇ ਇਸ ਦੇ ਖਿਲਾਫ ਵੀ ਜਦੋਂ ਤੁਸੀਂ ਸਖਤ ਕਾਰਵਾਈ ਕਰੋਗੇ ਤਾਂ ਫਿਰ ਇਹ ਹੋਏਗਾ ਤਾਂ ਆਪਾਂ ਸਾਰੇ ਅੰਮ੍ਰਿਤਸਰ ਦੇ ਵਸਨੀਕ ਹਾਂ ਦੇਖੋ ਸ਼ੁਰੂਆਤ ਤਾਂ ਕਿਤੇ ਨਾ ਕਿਤੇ ਹੋਏਗੀ ਸ਼ੁਰੂਆਤ ਤਾਂ ਹਮੇਸ਼ਾ ਇਹ ਤਾਂ ਨਹੀਂ ਹੋ ਸਕਦੀ ਜਿਸ ਤੋਂ ਸ਼ੁਰੂਆਤ ਹੋਏਗੀ ਜਦੋਂ ਜਦੋਂ ਸ਼ੁਰੂਆਤ ਹੋਈ ਉਦੋਂ ਤਾਂ ਗੱਲ ਹੋਏਗੀ ਕਿਤੇ ਨਾ ਕਿਤੇ ਸਰ ਹੁੱਕਿਆਂ ਦੇ ਜਦੋਂ ਰੇਟ ਮਾਰਦੇ ਸੀ ਤੇ ਉਹ ਬੰਦੇ ਫੜਦੇ ਪਰਚੇ ਦਿੰਦੇ ਤੇ ਉਹਨਾਂ ਬੱਚੇ ਵੀ ਉਹਨਾਂ ਦੇ ਪਰਚੇ ਕਿਉਂ ਨਹੀਂ ਹੁੰਦੇ ਦੇਖੋ ਇਹਦੇ ਵਿੱਚ ਜਿਹੜਾ ਹੈਗਾ ਕਿਸੇ ਵੀ ਬੱਚੇ ਦਾ ਮੈਂ ਨਾਂ ਨਹੀਂ ਲੈ ਸਕਦਾ ਇਹ ਜਮਨਾਈ ਜਸਟਿਸ ਜਿਹੜਾ ਹੈਗਾ ਉਹਦੀ ਵਿੱਚ ਕਲੀਅਰ ਮੈਂਸ਼ਨਿੰਗ ਹੈਗੀ ਅਸੀਂ ਕਿਸੇ ਬੱਚੇ ਦਾ ਉਹਨੂੰ ਡਿਸਕਲੋਜ਼ ਨਹੀਂ ਕਰਦੇ ਡਿਫੇਮ ਨਹੀਂ ਕਰ ਸਕਦੇ ਸੋ ਇਸ ਕਰਕੇ ਆਪਾਂ ਬੜੀ ਸੰਜੀਦਗੀ ਨਾਲ ਇਸ ਚੀਜ਼ ਨੂੰ ਲੈਣਾ ਹੈ ਇਨਹਾਂਸਮੈਂਟ ਆਫ ਪਨਿਸ਼ਮੈਂਟ ਹੈਗੀ ਆ ਉਹ ਹੈਗੀ ਆ ਬਿਲਕੁਲ ਜੀ ਹੁਣ ਜਿਹੜਾ ਕੇਸ ਹੋਇਆ ਉਹ ਹੋਇਆ ਇਸ ਕਰਕੇ ਉਹਨਾਂ ਨੇ ਇੰਪਲਾਈ ਕੀਤਾ ਹੋਇਆ ਜਿਹੜੇ ਬੱਚਿਆਂ ਨੂੰ ਸ਼ਰਾਬ ਪਿਆ ਰਹੇ ਹੈਗੇ ਆ ਜੁਵਨਾਈਲ 77 ਸੈਕਸ਼ਨ ਦਾ ਅਸੀਂ ਦਿੱਤਾ ਹੈਗਾ ਜੀ ਦੇਖੋ ਜਾਣ ਬੁੱਝ ਕੇ ਤੁਹਾਨੂੰ ਜਦੋਂ ਤੁਹਾਡੇ ਕੋਲ ਲਾਇਸੈਂਸ ਹੀ ਨਹੀਂ ਹੈਗਾ ਤੁਹਾਡੀ ਲਾਇਸੈਂਸ ਫੀਸ ਹੀ 9:38 ਤੇ ਉੱਤਰ ਰਹੀ ਹੈ 4 ਐਫ ਆਈ ਆਰ ਦਰਜ ਹੋ ਰਹੀ ਹੈ ਡਾਕੂਮੈਂਟਸ ਹੈਗੇ ਡਾਕੂਮੈਂਟਰੀ ਐਵੀਡੈਂਸ ਨੇ ਜੇ ਉਹਨਾਂ ਕੋਈ ਐਵੀਡੈਂਸ ਹੈਗਾ ਆ ਜਾਣ ਸਾਡੇ ਨਾਲ ਇਨਵੈਸਟੀਗੇਸ਼ਨ ਜੁਆਇਨ ਕਰਨ 91 ਸੀਆਰਪੀਸੀ ਦਾ ਨੋਟਿਸ ਦਿੱਤਾ ਹੋਇਆ ਉਹਨਾਂ ਨੇ ਜਿਹੜੇ ਮਾਲਕ ਦੀ ਗ੍ਰਿਫਤਾਰੀਆਂ ਪਈਆਂ ਜੀ ਜਦੋਂ ਉਹ 91 ਦਾ ਸੀਆਰਪੀਸੀ ਦਾ ਨੋਟਿਸ ਤਾਂ ਹੀ ਦਿੱਤਾ ਨਾ ਇਨਵੈਸਟੀਗੇਸ਼ਨ ਜੁਆਇਨ ਕਰਨ ਨੂੰ ਹੁਣ ਤੱਕ ਕਿੰਨੇ ਬੰਦੇ ਅਰੈਸਟ ਇਹਨਾਂ ਦੇ ਵਿੱਚ ਇੱਕ ਦਾ ਮਾਲਕ ਜਿਹੜਾ ਇਹਨਾਂ ਦਾ ਮੈਨੇਜਰ ਹੈਗਾ ਉਹਨੇ ਇਨਵੈਸਟੀਗੇਸ਼ਨ ਜੁਆਇਨ ਕੀਤੀ ਮਾਲਕ ਨੂੰ 91 ਸੀਆਰਪੀਸੀ ਦਾ ਨੋਟਿਸ ਦਿੱਤਾ ਉਹੀ ਹੁੰਦਾ ਕਿ ਸਮਨ ਟੂ ਪ੍ਰੋਡਿਊਸ ਡਾਕੂਮੈਂਟਸ ਤੁਸੀਂ ਆਪਣਾ ਆ ਕੇ ਆਪਣਾ ਪੱਖ ਪੇਸ਼ ਕਰੋ